ਅੱਜ ਮੈਂ ਤੈਨੂੰ ਜਾਣ ਨਹੀਂ ਦੇਣਾ, ਤੂੰ ਇੰਨੇ ਅਰਸੇ ਬਾਅਦ ਮੈਨੂੰ ਮਿਲਿਆ ਹੈਗਾ। ਤੂੰ ਦੱਸ ਖਾਣਾ ਕੀ ਆ? ਖਾਣਾ ਮੇਰੇ ਪੱਲੇ ਆਉਂਦਾ ਸੀ, ਤਿੰਨ ਚਾਰ ਕਬਾਬ ਲਵਾ ਲਾ ਤੇ ਲਵਾ ਲਵਾ ਲਵੋ ਕਹੀਦਾ ਵਾ। ਪੀਸ ਖਾਣਾ ਪੀਸ? ਹਾਂ ਪੀਸ ਨਾਲ ਦੋ ਤਿੰਨ ਨਾ ਮਲਾਈ ਬੋਟੀਆਂ ਦੇ। ਓਕੇ ਮਲਾਈ ਬੋਟੀਆਂ ਜੋ ਕਹੇਗਾ ਖਵਾਊਂਗਾ ਤੈਨੂੰ, ਆ ਤਾਂ ਸਹੀ। ਗੱਲ ਸੁਣ, ਦੋ ਕਬਾਬ? ਅੱਛਾ ਦੋ ਬਹੁਤ ਆ? ਨਹੀਂ ਤਿੰਨ। ਤਿੰਨ ਕਿਉਂ ਕਰਨੇ ਆ? ਕਿਉਂਕਿ ਮੈਂ ਸਿਰਫ ਕਬਾਬ ਹੀ ਖਾਣੇ ਨਾ, ਨਾਲ ਨਾਨ ਨਹੀਂ ਖਾਣਾ। ਨਾਨ ਚੱਲ ਮੈਨੂੰ ਆਪਣੇ ਹੱਥਾਂ ਨਾਲ ਖਵਾ ਦੇਈ, ਅੱਜ ਬੜੇ ਅਰਸੇ ਬਾਅਦ ਮਿਲਿਆ ਤੂੰ, ਅੱਜ ਮੈਂ ਤੈਨੂੰ ਜਾਣ ਨਹੀਂ ਹੋ ਦੇਣਾ। ਮੈਂ ਵੀ ਜਾਣਾ ਨਹੀਂ ਰੋਟੀ ਤੋਂ ਬਗੈਰ। ਰੋਟੀ ਤੋਂ ਬਗੈਰ ਵੀ ਨਹੀਂ ਜਾਣ ਦੇਣਾ ਤੇ ਜਾਣਾ ਹੀ ਨਹੀਂ। ਅੱਛਾ ਹਾਂ ਸਵੇਰੇ ਜਾਊਂਗੇ। ਚੱਲ ਆਪਣੀ ਮਰਜ਼ੀ ਦਾ ਆਰਡਰ ਦੇ ਤੂੰ, ਤੇ ਜਾਣਾ ਨਹੀਂ, ਮੇਰੇ ਕੋਲ ਹੀ ਰਹਿਣਾ ਤੂੰ। ਹਾਂ ਨਹੀਂ ਜਾਣਾ ਯਾਰ, ਤਿੰਨ ਕਬਾਬ ਲਾ ਦੇ, ਦੋ ਇੱਕ ਪੀਸ ਸੀਨੇ ਦਾ ਲਾ ਦੇ। ਆਹੋ ਦੇ ਦੇ ਆਰਡਰ ਦੇ, ਆਰਡਰ ਦੇ ਦੇ ਰਿਹਾ ਨਾ ਮੈਂ। ਦੇ ਨਾ ਆਰਡਰ ਦੇ, ਇੱਕ ਪੀਸ ਲਾ ਦੇ ਤੇ ਮਲਾਈ ਬੋਟੀ ਨਾਲ ਲੈਣਾ, ਇੱਕ ਪਲੇਟ ਮਲਾਈ ਬੋਟੀ ਦੀ ਹੈ। ਹਾਂ ਤੇ ਲਾ ਦਾ ਖੁੱਲ ਕੇ ਲਾ। ਹਾਂ ਤੇ ਦੋ ਤਿੰਨ ਇਹ ਟਿੱਕੇ। ਤੇਰੇ ਨਾਲ ਹੋਰ ਵੀ ਹੈ ਕੋਈ? ਨਹੀਂ ਮੈਂ ਇਕੱਲਾ ਹੀ, ਉਹ ਕਿਉਂਕਿ ਮੈਂ ਸਿਰਫ ਇਹੀ ਖਾਣਾ, ਨਾਨ ਨਹੀਂ ਖਾਣੇ। ਕੈਂਡਲ ਲਾਈਟ ਹੈ ਵਾ? ਉਹ ਕੀ ਕਰਨੀ? ਓਏ ਉਹ ਆਪਾਂ ਲਾ ਕੇ ਖਾਵਾਂਗੇ। ਓਏ ਯਾਰ ਇੱਕ ਦੂਜੇ ਦੀ ਮੂੰਹ 'ਚ ਬੁਰਕੀਆਂ ਪਾਉਂਗੇ ਅੱਜ, ਮੈਂ ਕਹਿੰਦਾ ਤੂੰ ਆ ਜਾ ਆ ਤਰਾ। ਕਿੱਥੇ? ਉੱਤੇ ਟੇਬਲ ਤੇ ਚਲੀਏ ਉੱਪਰ। ਜਲਦੀ ਆਰਡਰ ਭੇਜੀ, ਲੇਟ ਕਰ ਦਈ ਆਰਡਰ ਭਾਵੇਂ, ਬੇਫਿਕਰ ਹੋ ਗਏ। ਚੱਲ ਆ ਚੱਲ ਆ ਜਾ ਜਾ, ਰਾਮ ਰਾਮ ਰਾਮ, ਕਦਮ ਰੱਖੀ ਰਾਮ ਰਾਮ, ਆ ਜਾ ਆ ਜਾ। ਆ ਤੇ ਉੱਤੇ ਸਹੀ ਤਰ੍ਹਾਂ ਕਰਿਆ ਕਰੋ, ਸਿਰ ਵੱਜਣ ਲੱਗਾ ਸੀਗਾ। ਸ਼ੁਕਰ ਅੱਲਾ ਦਾ। ਕੋਈ ਸ਼ੈ ਸ਼ੂ ਚਾਹੀਦੀ ਹੋਵੇ ਤਾਂ ਲਾ ਦਿਆ ਕਰ ਆਰਡਰ। ਆਹੋ ਬਸ ਮੈਂ ਸ਼ੋਪਿੰਗ ਕਰਨੀ ਹੈ, ਮੈਂ ਕਿਹਾ ਖਾਣੇ ਤੋਂ ਬਾਅਦ ਕਰਾਂਗੇ। ਪਰ ਯਾਰ ਤੇਰੇ ਲਈ ਕਮਾਈ ਦਾ ਸੀ। ਆਹੋ ਮੇਰਾ ਦੋਸਤ ਹੀ ਹੋ ਯਾਰ ਤੂੰ, ਬਚਪਨ ਦਾ ਦੋਸਤੀ ਆ ਤੋ ਦੋਸਤੀ ਇਹ ਤੂੰ ਮੇਰਾ ਕਹਿ ਰਿਹਾ? ਤੂੰ ਨਾ ਸਾਨੂੰ ਕਦੇ ਦੋਸਤ ਆਪਣਾ ਸਮਝੀ। ਕਿਉਂ ਨਹੀਂ ਸਮਝਦਾ, ਤੈਨੂੰ ਤੇ ਆਪਣਾ ਦੋਸਤ ਸਮਝਦਾ ਵਾ। ਆ ਮੇਰੇ ਸਿਰ ਤੇ ਜ਼ਖਮ ਹੋਇਆ ਹੋਇਆ, ਆ ਵੇਖ ਜ਼ਰਾ ਇਹ ਜ਼ਖਮ। ਇਹ ਕਿਉਂ ਹੋਇਆ ਜ਼ਖਮ? ਕੀ ਹੋਇਆ ਜੀ ਇੱਥੇ? ਇਹ ਕੋਈ ਚੀਜ਼ ਵੱਜੀ ਹੈ? ਮਾਲਾ ਜੀ ਸਹੀ ਤਰ੍ਹਾਂ ਹੱਥ ਫੇਰੀਦਾ ਵਾ, ਜ਼ਰਾ ਤੈਨੂੰ ਜ਼ਖਮ ਨਜ਼ਰ ਆਊਗਾ। ਕਿੱਥੇ? ਇੱਥੇ ਕਰਕੇ ਆਹ ਇਹ ਪਿਆ ਰੋਪੜਾ, ਕਿਸੇ ਲੱਗਦਾ ਕਿ ਪੱਥਰ ਮਾਰਿਆ ਲੱਗਦਾ। ਰੋਟੀ ਖਾਣੀ ਆ ਤੂੰ? ਹਾਂ ਹਾਂ ਸਾਰੀ ਖਾਣੀ ਆ, ਸਾਰੀ ਖਾਵਾਂਗਾ। ਮੈਨੂੰ ਵੀ ਹੋਇਆ ਹੀ ਯਾਰ, ਤੇਰੇ ਹੱਥ ਆਪਣੇ ਨਾਲ ਨਹੀਂ ਹੈਗੇ। ਉਹ ਮੋਬਾਈਲ ਕਿੱਥੇ ਜਿਹੜਾ ਮੈਂ ਤੈਨੂੰ ਲੈ ਕੇ ਦਿੱਤਾ ਸੀ? ਉਹ ਹਾਂ ਆ ਮੇਰੀ ਜੇਬ 'ਚ ਆ, ਦਿਖਾ ਹੰਦਰਾ। ਪੈਲਸ ਪੁਲਸ ਚਾਹੀਦਾ ਹੋਵੇ ਤੇ ਕਾਲ ਕਰਦੇ ਆ ਕਰ। ਅੱਛਾ ਤੂੰ ਵੀਰ ਵੀਰ ਨਹੀਂ ਆਪਣਾ, ਵੀਰ ਨਹੀਂ ਤੂੰ ਆਪਣਾ। ਯਾਰ ਫੈਸਲ ਰਾਮੇ ਦਾ ਆਰਡਰ ਲੈ ਜਾਓ। ਹੈਂ? ਫੈਸਲ ਰਾਮੇ ਦਾ ਆਰਡਰ ਲੈ ਜਾਓ। ਇੱਧਰ ਕਿਹਦਾ ਆਰਡਰ? ਫੈਸਲ ਰਾਮਾ ਸਾਹਿਬ ਦਾ। ਉਹਨੇ ਆਰਡਰ ਦਿੱਤਾ? ਹਾਂਜੀ। ਕੀ ਖਾਣਾ ਲੱਗਾ ਬਾਰਬੀ ਕਿ ਉਹਨਾਂ ਦਾ? ਹੈਲੋ ਬੈਠੇ, ਉਹ ਫੈਸਲ ਨਾਮੇ ਭਾਈ ਨੇ ਨਾ ਕਿਤੇ ਕੋਈ ਆਰਡਰ ਉਡਰ ਲਵਾਇਆ ਈ, ਜਲਦੀ ਆ ਰੋਟੀ ਰੋਟੀ ਦਾ ਆਰਡਰ ਲਵਾਇਆ ਮਰੇ। ਆਇਆ ਤੇਰੀ ਤੇ ਜ਼ਿੰਦਗੀ ਬਣ ਗਈ ਆਇਆ, ਆਇਆ ਜਿਸ ਕੰਮੇ ਨਿਕਲਿਆ ਸੁਬਾਹ ਦਾ ਉਹ ਕੰਮ ਪੂਰਾ ਹੋ ਗਿਆ। ਆ ਜਾ ਚਲ ਆ ਜਾ ਕਬਾਬਿਸ਼ ਤੇ, ਕਬਾਬਿਸ਼ ਤੇ। ਓਕੇ ਚੌਰੀ, ਏਡੀ ਵੱਡੀ ਖੁਸ਼ੀ ਦੀ ਗੱਲ ਸੀ ਤੇ ਲੇਟ ਕਰਤਾ ਕਿੱਥੇ? ਆਹੋ ਰੋਟੀ ਉੱਤੇ ਖਾਣ ਲੱਗਾ ਵਾ, ਆਰਡਰ ਆਵੇ ਲੱਗਣ ਦੇ ਕਬਾਬ ਕਬੂਬ ਦੇ। ਆ ਉਹਦਾ ਆਰਡਰ ਆ? ਉਹਦਾ ਆਰਡਰ ਆ। ਜੇ ਥੱਲੋਂ ਹੀ ਉੱਤੇ ਨਾ ਜਾਵੇ ਤਾਂ ਮੰਨੇ ਤੇਰਾ ਮੁਰਸ਼ਦ ਕਮਾਲ ਹੈ, ਕਿਹੜੀ ਗੱਲ ਆ। ਇਹ ਕਬਜ਼ਾ ਚੱਲਿਆ, ਉਹਨੂੰ ਨਹੀਂ ਪਤਾ ਵੀ ਆਵੇ ਮੁੱਕਾ ਗਰੁੱਪ ਆ ਗਿਆ ਵਾ। ਯਾਰ ਮਿੱਠੇ ਗੱਲ ਸੁਣ, ਉਹਦੇ ਨਾਲ ਕੋਈ ਬੰਦਾ ਲੱਗਣ ਡਿਆ ਵਾ, ਉਹ ਇੰਨਾ ਆਰਡਰ ਤੇ ਇਕੱਲਾ ਲਵਾ ਹੀ ਨਹੀਂ ਸਕਦਾ। ਸਾਨੂੰ ਤਾਂ ਅੱਜ ਤੱਕ ਉਹ ਆਪ ਨਹੀਂ ਬੰਦਾ ਲੱਗਾ, ਮੱਝ ਜਿਹੀ ਤਾਂ ਹੈ ਵਾ, ਤੂੰ ਟੈਨਸ਼ਨ ਨਾ ਲੈ ਗਿਆ ਆਰਡਰ। ਭਾਈ ਨਾ ਆਪਾਂ ਫੈਸਲ ਦਾ ਜਿਹੜਾ ਆਰਡਰ ਨਹੀਂ ਸੀ ਅੱਗੇ ਕਹਿਣ ਦੇ, ਉਹ ਜਲਦੀ ਦੇ ਦਿਓ ਯਾਰ, ਸਾਨੂੰ ਅਸੀਂ ਬਚਾਈ ਉਹਨਾਂ ਨੂੰ। ਆਹੋ ਜਲਦੀ ਦੇ। ਤੂੰ ਮੇਰੇ ਨਿੱਕੇ ਵੀਰਾਂ ਤਰ੍ਹਾਂ ਹੈ, ਮੈਨੂੰ ਤੇਰੇ ਵਿੱਚ ਆਪਣਾ ਨਿੱਕਾ ਵੀਰ ਨਜ਼ਰ ਆਉਂਦਾ ਵਾ। ਅੱਛਾ ਤੂੰ ਇੰਨੇ ਅਰਸੇ ਬਾਅਦ ਮੈਨੂੰ ਮਿਲਿਆ, ਤੈਨੂੰ ਕਿਸੇ ਸ਼ੈ ਦੀ ਲੋੜ ਹੈਗੀ ਤਾਂ ਮੈਨੂੰ ਦੱਸਿਆ ਕਰ ਮੇਰਾ ਪੁੱਤਰ, ਤੈਨੂੰ ਅੱਲਾ ਨਜ਼ਰ ਨਾ ਨਜ਼ਰੇ ਬਾਅਦ ਤੋਂ ਬਚਾਏ। ਕੋਈ ਸ਼ੈ ਮੈਨੂੰ ਆਪਣਾ ਵੀਰ ਸਮਝਿਆ ਕਰ, ਲਾਲਾ ਸਮਝਿਆ ਕਰ ਮੈਨੂੰ ਆਪਣਾ। ਲਾਲਾ ਮੈਂ ਨਾ ਸ਼ੋਪਿੰਗ ਕਰਨੀ ਹੈ, ਮੈਨੂੰ ਮੈਂ ਆਪਣੇ ਪੁੱਤਰ ਨੂੰ ਸਾਰਾ ਕੁਛ ਲੈ ਕੇ ਦਾਂਗਾ।
रोटी खवांदे मौत पैंदी ध्यान निपल दे मुंह वाले नूं तुसीं रोटी खवांदे मेरा वीर ओए खबरदार इहदे पता लग कोई गल कीती मेरा निक्का भरा वा बड़ा सिप्पी वर्गा मुंह ओहदा ते तूं पेड़ मारनी तेरे इहदे नाल गल कीती कोई गल कीती कबाब इक्की आया वा थलो ला के बड़ा मजेदार बहुत मजेदार ਮਜ਼ੇਦਾਰ ਤੇ ਬੜਾ ਲੇਕਿਨ ਇਹ ਕੀ ਫੈਸਲ ਭਾਈ ਤੁਸੀਂ ਯਾਰ ਮੈਂ ਪੀਸਾਂ ਦਾ ਗਿਆ ਸੀਗਾ ਕਬਾਬਾਂ ਦਾ ਇਹਨਾਂ ਨੂੰ ਕਿਉਂ ਦਿੱਤਾ ਆ ਗਏ ਸਾਰਾ ਕੁਝ ਆ ਹੁੰਦਾ 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 ਆਵੇ ਆ ਲੈ ਆ ਲੈ ਆ ਲੈ ਆ ਇਦਾਂ ਹੀ ਖਾਈਦਾ ਹੁੰਦਾ ਮੈਂ ਇੱਕ ਮਿੰਟ ਜ਼ਰਾ ਉਹਦੀ ਤੇ ਮੈਂ ਕਰਕੇ ਆਇਆ ਜ਼ਰਾ ਇਹ ਤੇ ਬੈਗ ਉਹਦੀ ਬਾਅਦ ਚ ਕਰੀ ਪਹਿਲੇ ਮੈਨੂੰ ਮੈਂ ਕਰਕੇ ਆਇਆ ਜ਼ਰਾ ਉਹਨੂੰ ਜੋ ਮੈਂ ਕਿਹਾ ਸੀ ਮੈਨੂੰ ਭੁੱਖ ਲੱਗੀ ਮੇਰਾ ਕੀ ਕਰਨਾ ਹੀ ਆ ਲੈ ਯਾਰ ਆ ਫੜ ਇਹ ਆ ਲੈ ਹੁਣ ਉਹਨੂੰ ਬਸ ਉਹ ਸਾਡਾ ਆਰਡਰ ਹੀ ਨਹੀਂ ਮੈਂ ਟਿੱਕੇ ਕਬਾਬ ਕਹੇ ਸੀਗੇ ਨਾਲ ਪੀਸ ਕਹੇ ਸੀ ਮੈਂ ਇੱਕ ਮਿੰਟ ਪਤਾ ਕਰਕੇ ਜੋ ਪਤਾ ਕਰ ਆ ਭਾਈ ਆਪਣੇ ਕਰ ਲੈ ਮੇਰਾ ਵੀਰ ਆਇਆ ਵਾ ਕਰ ਲੈ ਭੁੱਖ ਲੱਗੀ ਆ ਯਾਰ ਵੀਰ ਇਹਨੂੰ ਇਹਨਾਂ ਕੋ ਨਹੀਂ ਖਾਣਾ ਤੇ ਨਹੀਂ ਇਹਨਾਂ ਕੋ ਮੈਂ ਤੇਰੀ ਦੌੜ ਆ ਵੀ ਤੈਨੂੰ ਭੁੱਖ ਲੱਗੀ ਉਹਨਾਂ ਦੀ ਕਹੀ ਜਾਣ ਦਾ ਨਹੀਂ ਤੈਨੂੰ ਇੰਨੀ ਭੁੱਖ ਲੱਗੀ ਕੱਲ ਕੰਮ ਤੋਂ ਆਇਆ ਛੁੱਟੀ ਕਰਕੇ ਯਾਰ ਜਦੋਂ ਬੰਦਾ ਕੰਮ ਤੋਂ ਉਦੋਂ ਭੁੱਖ ਲੱਗਦੀ ਹੈ ਵੈਸੇ ਹੀ ਭਾਜੀ ਭੁੱਖ ਲੱਗੀ ਮਕਾਨ ਸ਼ੁਰੂ ਕੀਤਾ ਵਾ ਤੈਨੂੰ ਭੁੱਖ ਲੱਗੀ ਆ ਵੀ ਐਡਾ ਤੂੰ ਬੜਾ ਲੰਮਾ ਵੀ ਕਿਤੇ ਲੂਮਾ ਦਾ ਕੰਮ ਕਰਦਾ ਤੈਨੂੰ ਭੁੱਖ ਲੱਗੀ ਆ ਦੌੜ ਲਾਉਣ ਲੱਗਾ ਤੂੰ ਤੈਨੂੰ ਭੁੱਖ ਲੱਗੀ ਆ ਵੀ ਤੈਨੂੰ ਦੌੜ ਲਾਉਂਦੇ ਬੰਦੇ ਨੂੰ ਸਾਹ ਚੜਦਾ ਭੁੱਖ ਨਹੀਂ ਲੱਗਦੀ ਸਾਹ ਤੈਨੂੰ ਤੇਰੇ 'ਚ ਹੈ ਸਾਹ ਤੇ ਤਾਂ ਨਜ਼ਰ ਨਹੀਂ ਹੁੰਦੇ ਐ ਦੇਖ ਯਾਰ ਕਿੱਡੀ ਮਿਨਰਲ ਵਾਟਰ ਚਵਲ ਲੈ ਆਇਆ ਵਾ ਉਹ ਵੇਖ ਤੂੰ ਪਤਾ ਨਹੀਂ ਕਿੱਥੋਂ ਲੈ ਕੇ ਆ ਗਿਆ ਵਾ ਤੂੰ ਕਹਿਣ ਡਿਆ ਜੀ ਮੇਰਾ ਪਰੌਣਾ ਚੱਲ ਉੱਠਦਾ ਪਿੱਛੇ ਹੋ ਲੰਗਰ ਕਰਨ ਦੇ ਸਾਨੂੰ ਐਸਾ ਤੇਰਾ ਨਾਮ ਰੂਮ ਖੋਲਤੇ ਵਰਗਾ ਮੂੰਹ ਐ ਓਏ ਓ ਸ਼ਮਸੀ ਤਵਾਰਾ ਇਹਦੇ ਚੱਲਣ ਵਾਲੇ ਕੁੱਤੇ ਤੈਨੂੰ ਰੋਟੀ ਖਵਾਉਣ ਵਾਸਤੇ ਲੈ ਕੇ ਆਇਆ ਐਸ ਬੰਦਾ ਬਸ ਕਰੋ ਤੁੰਚੇ ਦੌੜਨ ਵਾਲੇ ਆ ਕੁੱਤੇ ਓ ਐਡੇ ਨੰਗੇ ਮੂੰਹ ਨਾਲ ਰੋਟੀ ਖਾਣ ਲੱਗ ਪਿਆ ਮੈਂ ਮੂੰਹ ਤੇ ਟੱਕ ਲਈਦਾ ਹੁੰਦਾ ਇਹਦੇ ਤੇ ਬੱਚੇ ਆ ਭਾਈ ਮੋਟੇ ਤੇ ਬੱਚੇ ਆਵਾਮ ਪਾਲਣ ਲਈ ਆ ਤੂੰ ਉਹਦੇ ਕੋਲ ਰੋਟੀ ਖਾਣ ਨਹੀਂ ਜਾ ਮੈਂ ਚੋਰੀ ਰੋਟੀ ਖਾ ਰਿਹਾ ਵੀ ਮੂੰਹ ਟੱਕ ਲਾ ਮੂੰਹ ਕਿਉਂ ਟੱਕਾਂ ਚੋਰੀ ਰੋਟੀ ਉਹ ਤੈਨੂੰ ਤਾਂ ਸਾਹਮਣੇ ਨਾ ਕੋਈ ਖਵਾਵੇ ਚੋਰੀ ਕਿਨੇ ਖਵਾਣੀ ਆ ਤੇ ਰੋਟੀ ਸਾਹਮਣੇ ਰੱਖ ਕੇ ਖਾਈ ਜਾਂਦੀ ਤੇਰਾ ਕਿਹਦਾ ਕਜਲੇ ਕੁੱਤੇ ਵਰਗਾ ਮੂੰਹ ਆ ਗਿਆ ਤੂੰ ਐਡਾ ਰੜਾ ਮੂੰਹ ਲੈ ਕੇ ਰੋਟੀ ਖਾਣ ਆ ਗਿਆ ਤੂੰ ਕਿਹੜਾ ਰੜਾ ਮੂੰਹ ਆ ਜਿਹੜਾ ਲੈ ਕੇ ਬੈਠਾ ਜ਼ਮੀਨੀ ਮੂੰਹ ਆ ਮੇਰਾ ਐ ਨਰਮ ਮੂੰਹ ਕੂਲਾ ਆ ਚੱਲ ਕਿੱਥੇ ਜਾ ਮੈਂ ਇੱਥੇ ਬੈਠਾ ਹੀ ਬੇ ਝੂਠੀ ਕਸਮ ਖਾ ਕੇ ਦੱਸਣਾ ਹਾਂ ਲੈ ਫਿਰ ਮੈਂ ਖਾ ਕੇ ਦੱਸਦਾ ਹੀ ਹਾਂ ਤੁਹਾਡੀ ਦੋਵਾਂ ਦੀ ਐਸੀ ਦੀ ਤਸਰੀ ਹਾਂ